ਤਰਨਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਪੁਲਿਸ ਨੇ ਇੱਕ ਵਿਅਕਤੀ ਕੋਲੋਂ 1 ਕਿਲੋ ਹੈਰਨ ਸਮੇਤ 1 ਪਿਸਟਲ, 2 ਮੈਗਜ਼ੀਨ, 20 ਜ਼ਿੰਦਾ ਹਰੌਂਦ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SPD ਤਿਲਕ ਰਾਜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਪਾਰਟੀ ਨੇ ਜਸਕਰਨ ਸਿੰਘ ਕੋਲ ਜ਼ਮੀਨ 'ਚ ਦੱਬੀ ਹੋਈ ਹੈਰੋਇਨ ਬਰਾਮਦ ਕੀਤੀ ਅਤੇ ਪਿਸਤੌਲ ਸਿੰਘਪੁਰਾ ਡਰੇਨ 'ਚ ਬਰਾਮਦ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਦੋਸ਼ੀ 'ਤੇ 4 ਮਾਮਲੇ ਹੋਰ ਵੀ ਦਰਜ ਹਨ, ਜੋ ਕਿ ਨਸ਼ੇ ਦੀ ਦੁਨੀਆ ਦਾ ਵੱਡਾ ਸਮਗਲਰ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸਨੇ 18 ਕਿਲੋ ਹੈਰੋਇਨ ਰਾਜਸਥਾਨ ਵੀ ਭੇਜੀ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਂ 2 ਮਹੀਨੇ ਤੋਂ ਕਰ ਰਿਹਾ ਹਾਂ। 2 ਮਹੀਨੇ ਤੋਂ ਕਿੰਨਾ ਮਾਮਲਾ? ਕਿੱਥੋਂ ਲੈਂਦੇ ਸੀ ਮਾਮਲੇ? ਰਾਜਸਥਾਨ ਤੋਂ। ਕਿੱਥੇ ਕਰ ਸਪਲਾਈ ਕਿੱਥੇ ਕਰਦੇ? ਸਪਲਾਈ ਦਾ ਸਾਨੂੰ ਨਹੀਂ ਪਤਾ ਹੁੰਦਾ ਜੀ ਕਿੱਥੇ ਕਰਨੀ ਹੈ। ਲੈ ਕੇ ਤੁਸੀਂ ਆਉਂਦੇ? ਹਾਂਜੀ। ਕੀ ਭਾਅ ਲੈਂਦੇ, ਕੀ ਭਾਅ ਭੇਜਦੇ? ਸਾਨੂੰ ਭਾਅ ਦਾ ਨਹੀਂ ਦੱਸਿਆ ਜਾਂਦਾ ਵੀ ਕੀ ਭਾਅ ਆਉਣਾ। ਤੇ ਨਗਦ ਸਾਨੂੰ ਵੀ ਦੇ। ਕਿਹਦਾ ਮਾਲ ਸੀਗਾ? ਹਾਂਜੀ। ਕੌਣ ਕੌਣ ਕਰਾਉਂਦਾ ਇਹ ਕੰਮ? ਇਹ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਕਿਹਦਾ ਮਾਲ ਹੈ, ਕਿਹਦਾ ਕਿੱਥੇ ਜਾਣਾ। ਸਾਨੂੰ ਸਿਰਫ ਅਸੀਂ ਕੰਮ ਕਰੋ, ਅਸੀਂ ਤਾਂ ਲੈ ਕੇ ਆਉਣਾ ਹੁੰਦਾ। ਤੁਹਾਨੂੰ ਕੋਈ ਕਹਿੰਦਾ ਸੀਗਾ? ਕਾਤੇ ਲੈ ਕੇ ਆਉਂਦੇ? ਗੱਡੀ 'ਤੇ ਲੈ ਕੇ ਆਉਂਦੇ। ਅਸੀਂ ਜਸਕਰਨ ਸਿੰਘ ਉਪਾਲੇ ਨੂੰ 60 ਨੰਬਰ ਮੁਕੱਦਮੇ 'ਚੋਂ ਫਰੀਦਕੋਟ ਜੇਲ੍ਹ 'ਚੋਂ ਲਿਆਂਦਾ ਸੀ, ਜਿਹੜਾ ਉੱਥੇ 10 ਸਾਲ ਦੀ ਸਜ਼ਾ ਭੁਗਤਿਆ ਸੀ। ਲਿਆਉਣ 'ਤੇ ਉਹਨੇ ਸਾਡੇ ਕੋਲ ਫਰਦਨ ਸਾਹਿਬ 'ਤੇ ਦੱਸਿਆ ਕਿ ਮੈਂ 1 ਰਿਵਾਲਵਰ ਅਤੇ 1 ਕਿਲੋ ਹੈਰੋਇਨ ਜਿਹੜੀ ਲੁਕਾ ਕੇ ਰੱਖੀ ਹੈ, ਜਿਹੜੀ ਸਾਨੂੰ ਉਹਨੇ ਬਰਾਮਦ ਕਰਾਤੀ ਹੈ। ਜਿਹੜੀ ਹੈਰੋਇਨ ਆ ਉਹ ਉਹਨੇ ਘਰ ਦੇ ਆਪਣੇ ਘਰ ਦੇ ਵਿੱਚੋਂ ਟਰੰਕ 'ਚੋਂ ਬਰਾਮਦ ਕਰਾਈ ਹੈ। ਤਾਂ ਜਿਹੜਾ ਪਿਸਤੌਲ ਹੈ ਉਹ ਸਾਨੂੰ ਆਪਣੇ ਸਿੰਘਪੁਰਾ ਪਿੰਡ ਦੇ ਆਪਣੇ ਡਰੇਨ ਦੇ ਵਿੱਚੋਂ ਲੁਕੋ ਕੇ ਝਾੜੀਆਂ ਦੇ ਵਿੱਚੋਂ ਮਿਲਿਆ, ਸਾਨੂੰ ਉੱਥੇ ਰੱਖਿਆ ਸੀ। ਕੀ ਕਾਰਵਾਈ ਕੀਤੀ ਜਾ ਰਹੀ? ਅਸੀਂ ਉਹਦੇ ਖਿਲਾਫ਼ ਕੇਸ ਰਜਿਸਟਰ ਕਰ ਦਿੱਤਾ, ਠੀਕ ਹੈ, ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।